मस्का चस्का वेख रहे सारे ही स्रोतियों का स्वागत है। अज हलका दीनानगर के बहुत ही खूबसूरत पिंड नौशहरा बहादुर विच साडी टीम पहुंची। जब असी पिंड विच जाके देखिया तो एक बार तो असी भी भुलेखा खा गए कि किते असी शहर दे विच तो नहीं, क्योंकि साफ सुथरिया गलियां अते समार्ट स्कूल अते पिंड दे विच ही हॉस्पिटल फैसिलिटीज़ अते नाल ही साफ पानी की टैंकी। साडे रिपोर्टर हरजिंदर सिंह की विशेष रिपोर्ट, मस्का चस्का टाइम, गुरदासपुर। ਜਿਹੜਾ ਉਹ ਦੂਰੋਂ ਦੂਰੋਂ ਲੱਭਦਾ ਵਾ, ਜਿਹੜੇ ਮਰਜ਼ੀ ਪਿੰਡ ਵਿੱਚ ਚਲੇ ਜਾਓ, ਅੱਜ ਦੀਨਾਨਗਰ ਹਲਕੇ ਵਿੱਚ ਵਿਕਾਸ ਜਿਹੜਾ ਹਰ ਪਿੰਡ ਵਿੱਚ ਲੱਭ ਰਿਹਾ। ਅਸੀਂ ਬਹੁਤ ਪਿੰਡਾਂ ਵਿੱਚ ਗਏ ਹਾਂ, ਬਹੁਤ ਜ਼ਿਆਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਿਲੇ ਹਾਂ, ਸਰਪੰਚਾਂ ਨੂੰ ਮਿਲੇ ਹਾਂ। ਉਹਨਾਂ ਨੇ ਬਹੁਤ ਕੁਝ ਦੱਸਿਆ ਸਾਨੂੰ ਕਿ ਵਿਕਾਸ ਜਿਹੜਾ ਉਹ ਬਹੁਤ ਜ਼ੋਰਾਂ ਨਾਲ ਚੱਲ ਰਿਹਾ। ਅਸੀਂ ਅੱਜ ਨੌਸ਼ਹਿਰਾ ਬਹਾਦਰ ਪਿੰਡ ਦੇ ਵਿੱਚ ਆਏ ਹਾਂ, ਜਿਹੜਾ ਗੁਰਦਾਸਪੁਰ ਤਿਬੜੀ ਦੇ ਕੋਲ ਪਿੰਡ ਹੈ। ਇੱਥੇ ਆਏ ਹਾਂ ਇੱਥੋਂ ਦੇ ਸਰਪੰਚ ਸਾਹਿਬ, ਕੀ ਨਾਮ ਹੈ ਸਰਪੰਚ ਸਾਹਿਬ ਤੁਹਾਡਾ? ਮੇਰਾ ਨਾਮ ਅਮਨਦੀਪ ਕੌਰ ਹੈ, ਮੈਂ ਪਿੰਡ ਨੌਸ਼ਹਿਰਾ ਦੀ ਰਹਿਣ ਵਾਲੀ ਹਾਂ। ਇਹਨਾਂ ਦਾ ਨਾਂ ਅਮਨਦੀਪ ਕੌਰ ਹੈ ਤੇ ਇਹ ਨੌਸ਼ਹਿਰਾ ਪਿੰਡ ਦੇ ਰਹਿਣ ਵਾਲੇ ਆ। ਤੁਸੀਂ ਪਹਿਲਾਂ ਵੀ ਕਦੀ ਸਰਪੰਚ ਬਣੇ ਜਾਂ ਹੁਣ ਪਹਿਲੀ ਵਾਰ ਬਣੇ? ਇਹ ਪਹਿਲੀ ਵਾਰੀ ਸਰਪੰਚ ਬਣੇ ਨੇ। ਇਹਨਾਂ ਦੇ ਕਾਰਜਕਾਲ ਵਿੱਚ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਪਿੰਡ ਦਾ ਕੀ ਕੀ ਕਾਰਜ ਕਰਵਾਇਆ। ਸਰਪੰਚ ਸਾਹਿਬ, ਤੁਸੀਂ ਆਪਣੇ ਹੱਥੀਂ ਜਿਹੜਾ ਪਿੰਡ ਦੀ ਕਿਹੜੀ ਕਿਹੜੀ ਚੀਜ਼ ਬਣਵਾਈ ਆ? ਅਸੀਂ ਪਿੰਡ ਦੀਆਂ ਗਲੀਆਂ, ਨਾਲੀਆਂ, ਆਂਗਣਵਾੜੀ ਦਾ, ਸਕੂਲ ਦਾ ਕਾਫੀ ਕੰਮ ਕਰਵਾ ਦਿੱਤਾ ਹੈ। ਸਕੂਲ ਇੱਥੇ ਸਮਾਰਟ ਹੈ ਜਾਂ ਦੂਸਰਾ? ਸਮਾਰਟ ਸਕੂਲ ਹੈਗਾ। ਸਮਾਰਟ ਸਕੂਲ ਹੈਗਾ, ਛੱਪੜ ਜਿਹੜਾ ਉਹ ਪਿੰਡ ਵਿੱਚ ਹੈਗਾ? ਹਾਂਜੀ ਹੈਗਾ। ਜਿਹੜੀ ਗਰਾਊਂਡ ਹੈ ਪਿੰਡ ਵਿੱਚ ਬੱਚਿਆਂ ਦੇ ਖੇਡਣ ਨੂੰ ਗਰਾਊਂਡ ਹੈਗੀ ਹੈ? ਹਾਂਜੀ ਹੈਗੀ। ਗਰਾਊਂਡ ਵੀ ਹੈਗੀ ਹੈ, ਛੱਪੜ ਵੀ ਹੈਗਾ। ਜਿਹੜੀ ਪਹਿਲਾਂ ਪੰਚਾਇਤ ਸੀ ਉਹਨੇ ਵੀ ਕੋਈ ਕੰਮ ਕਰਿਆ ਸੀ ਜਾਂ ਸਾਰਾ ਕੰਮ ਤੁਸੀਂ ਕਰਿਆ? ਜੋ ਪਹਿਲੇ ਪੰਚਾਇਤ ਸੀ ਉਹਨਾਂ ਨੇ ਵੀ ਕਾਫੀ ਕੰਮ ਕਰਵਾਇਆ ਹੈਗਾ, ਜੋ ਰਹਿੰਦਾ ਉਹ ਅਸੀਂ ਪੂਰਾ ਕਰ ਦਿੱਤਾ ਹੈ। ਹੁਣ ਤੁਸੀਂ ਆਪਣੇ ਰਹਿੰਦੀ ਸਰਕਾਰ ਦੇ ਕੋਲੋਂ ਕੀ ਮੰਗ ਕਰਦੇ ਹੋ ਕਿ ਦੁਬਾਰਾ ਕਿਹੜੀ ਚੀਜ਼ ਪਿੰਡ ਦੇ ਵਿੱਚ ਚਾਹੀਦੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣੇ ਕਾਰਜਕਾਲ ਵਿੱਚ ਪੂਰੀ ਕਰਕੇ ਜਾਈਏ? ਅਸੀਂ ਇਹੋ ਕਹਾਂਗੇ ਕਿ ਜੋ ਪਿੰਡ ਦੀਆਂ ਨਾਲੀਆਂ, ਗਲੀਆਂ, ਨਾਲੀਆਂ, ਕਮਿਊਨਿਟੀ ਹਾਲ ਔਰ ਛੱਪੜ ਦਾ ਕੰਮ ਜੋ ਹੈਗਾ ਉਹ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ। ਕਮਿਊਨਿਟੀ ਹਾਲ ਪਹਿਲਾਂ ਪਿੰਡ ਵਿੱਚ ਨਹੀਂ ਹੈਗਾ? ਨਹੀਂ, ਉਹ ਨਹੀਂ ਹੈਗਾ। ਤੁਸੀਂ ਡਿਮਾਂਡ ਕਰਦੇ ਹੋ ਕਿ ਪਿੰਡ ਵਿੱਚ ਜਿਹੜਾ ਕਮਿਊਨਿਟੀ ਹਾਲ ਜਿਹੜਾ ਉਹ ਜ਼ਰੂਰੀ ਹੈ, ਅਤੇ ਜਿਹੜਾ ਛੱਪੜ ਹੈ ਉਹ ਤੁਸੀਂ ਕਹਿ ਰਹੇ ਹੋ ਵੀ ਹੈਗਾ, ਲੇਕਿਨ ਇੱਥੇ ਅਸੀਂ ਕੁਝ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਆ ਕਿ ਛੱਪੜ ਜਿਹੜਾ ਸਾਡਾ ਉਹ ਵੱਖਰੀ ਦਿੱਖ ਦਾ ਬਣਨਾ ਚਾਹੀਦਾ, ਜਿਵੇਂ ਅੱਜ ਕੱਲ੍ਹ ਮਾਡਲ ਚੱਲ ਥਾਪਰ ਮਾਡਲ ਚੱਲ ਰਹੇ ਆ ਉਹਦੇ ਨਾਲ ਦਾ ਛੱਪੜ ਬਣਨਾ ਚਾਹੀਦਾ। ਕੀ ਤੁਸੀਂ ਇਹ ਚਾਹੁੰਦੇ ਹੋ? ਹਾਂਜੀ, ਚਾਹੁੰਦੇ ਹਾਂ ਅਸੀਂ। ਤੁਸੀਂ ਇਹ ਜਿਹੜੀ ਸਰਕਾਰ ਤੁਹਾਡੀ ਹੈ, ਕਿਹੜੀ ਸਰਕਾਰ ਦੇ ਅਧੀਨ ਜਿਹੜੀ ਤੁਹਾਡੀ ਪੰਚਾਇਤ ਚੱਲ ਰਹੀ ਹੈ? ਇਹ ਸਾਡੀ ਕਾਂਗਰਸ ਸਰਕਾਰ ਚੱਲ ਰਹੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇੱਥੋਂ ਦੇ ਐਕਸ ਜਿਹੜੇ ਆ ਪੰਚ ਰਹਿ ਚੁੱਕੇ ਨੇ, ਕੀ ਨਾਂ ਭਾਜੀ ਤੁਹਾਡਾ? ਮੇਰਾ ਨਾਮ ਆ ਕੁਲਵਿੰਦਰ ਸਿੰਘ ਜੀ। ਇਹ ਕੁਲਵਿੰਦਰ ਸਿੰਘ ਜੀ ਨੇ ਪਿੰਡ ਦੇ ਐਕਸ ਪੰਚ ਨੇ, ਔਰ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕਿੰਨੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਰਹੇ ਨੇ? ਸਰ, ਮੈਂ ਕਾਂਗਰਸ ਪਾਰਟੀ ਨਾਲ ਰਿਹਾ ਵਾਂ 10-10-12 ਅਤੇ 3-15 ਸਾਲ ਤੱਕ ਮੈਂ ਕਾਂਗਰਸ ਦੀ ਲਾਲ ਸੇਵਾ ਕਰ ਰਿਹਾ ਜੀ। ਸਰ, ਕਾਂਗਰਸ ਪਾਰਟੀ ਦੇ ਵਿੱਚ ਤੁਹਾਨੂੰ ਕੋਈ ਅਹੁਦਾ ਵੀ ਮਿਲਿਆ ਕਿ ਜਾਂ ਤੁਸੀਂ ਕਾਂਗਰਸ ਦੇ ਅੱਜ ਵਰਕਰ ਹੀ ਹੋ? ਸਰ, ਪਹਿਲੇ ਮੈਂ ਪੰਚ ਸਾਂ, ਪੈਂਚੀ ਸੀ ਪਹਿਲੇ, ਹੁਣ ਮੈਂ ਕਾਂਗਰਸ ਆਪਣੇ ਕਾਂਗਰਸ ਦਾ ਆਗੂ ਹਾਂ ਜੀ। ਇਹ ਕਾਂਗਰਸ ਦੇ ਆਗੂ ਨੇ, ਕੰਮ ਜਿਹੜਾ ਵਾ ਉਹ ਇਹਨਾਂ ਦੀ ਦੇਖ ਰੇਖ ਦੇ ਵਿੱਚ ਚੱਲ ਰਿਹਾ। ਇਹ ਵੀ ਥੋੜ੍ਹਾ ਕੰਮ ਦੇ ਵਿੱਚ ਸਹਿਯੋਗ ਕਰ ਰਿਹਾ ਕਿਉਂਕਿ ਇਹ ਤਜਰਬੇਕਾਰ ਨੇ, ਇਹ ਪੁਰਾਣੇ ਪੰਚ ਰਹੇ ਨੇ। ਇਸ ਪਿੰਡ ਦੇ ਵਿੱਚ ਹੋਰ ਕੀ ਕਮੀਆਂ ਰਹਿੰਦੀਆਂ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਕੋਈ ਹੋਰ ਕਮੀਆਂ ਹੈਗੀਆਂ ਨੇ ਜਿਹੜੀਆਂ ਤੁਹਾਡੇ ਥਰੂ ਜਿਹੜੀਆਂ ਉਹ ਸਰਪੰਚ ਸਾਹਿਬ ਤੱਕ ਅਤੇ ਔਰ ਸਰਕਾਰ ਤੱਕ ਪਹੁੰਚਣ? ਆ ਸਾਡੇ ਸਰਪੰਚ ਸਾਹਿਬ ਪਹਿਲੇ ਦੱਸਦਾ ਆਹੀ ਕਿ ਸਾਡੇ ਕਮਿਊਨਿਟੀ ਹਾਲ ਦੇ ਬਹੁਤ ਜ਼ਰੂਰੀ ਆ, ਜੋ ਸਾਡਾ ਛੱਪੜ ਆ, ਥਾਪੜ, ਇਹ ਨਵੇਂ ਮਾਡਲ 'ਤੇ ਬਣਾਇਆ ਜਾਵੇ ਅਤੇ ਤਾਂ ਕਿ ਪਿੰਡ ਦੀ ਸਾਡੀ ਤਕਨੀਕ ਬਦਲੀ ਜਾਵੇ। ਜਿਹੜੀਆਂ ਗਲੀਆਂ ਨਾਲੀਆਂ ਵਾ ਇਹਦਾ ਵਿਕਾਸ ਪੂਰਾ ਹੋ ਚੁੱਕਾ? ਨਹੀਂ ਜੀ, ਤਕਰੀਬਨ ਹੋ ਹੀ ਗਿਆ ਵਾ। ਸਾਡੀਆਂ ਗਲੀਆਂ ਘੱਟੋ ਘੱਟ ਵੀ 5 ਗਲੀਆਂ ਬਾਕੀ ਰਹਿੰਦੀਆਂ ਨੇ ਅਤੇ ਇਹ ਵੀ ਸਾਨੂੰ ਸ਼੍ਰੀਮਤੀ ਮੈਡਮ ਅਰੁਣਾ ਚੌਧਰੀ ਜੀ, ਮੰਤਰੀ ਸਾਹਿਬ ਸਾਡੇ ਦੁਆਰਾ ਫਿਰ ਬਣ ਕੇ ਆਉਣ ਅਤੇ 22 ਸੰਚ ਅਤੇ ਸਾਡਾ ਮੁੜ ਕੇ ਸਾਡਾ ਸਹਿਯੋਗ ਦੇਣ, ਤਾਂ ਅਸੀਂ ਦੁਬਾਰਾ ਫਿਰ ਜ਼ਿਆਦਾ ਕੰਮ ਕਰਾ ਸਕੀਏ। ਹਰ ਕੰਮ ਕੋਈ ਵੀ ਪਿੰਡ ਵਿੱਚ ਚੰਡੀਗੜ੍ਹ ਸਾਹਿਬ ਬਣਾਇਆ ਜਾਵੇ, ਕਿਉਂਕਿ ਲੋਕ ਦੁਨੀਆਂ ਦੇਖੇ ਹਾਂ ਕਿ ਨੌਸ਼ਹਿਰਾ ਪਿੰਡ ਇੱਕ ਅਲੱਗ ਦਿਖ ਰਿਹਾ ਸਾਡੇ ਗੁਰਦਾਸਪੁਰ ਹਲਕੇ ਵਿੱਚ। ਅਸੀਂ ਵੀ ਇਸ ਪਿੰਡ ਦਾ ਦੌਰ ਕਰਕੇ ਵੇਖਿਆ ਵਾ, ਸਾਰਾ ਪਿੰਡ ਪੱਕਾ, ਸਾਰੀਆਂ ਗਲੀਆਂ ਪੱਕੀਆਂ ਵਾ, ਨਾਲੀਆਂ ਪੱਕੀਆਂ ਵਾ, ਕੋਈ ਥੋੜ੍ਹਾ ਵਿਕਾਸ ਚੱਲ ਰਿਹਾ, ਕੁਝ ਜਗ੍ਹਾ 'ਤੇ ਚੱਲ ਰਿਹਾ ਵਾ, ਕੁਝ ਹੋਏ ਪਏ ਆ,
थोड़े ही विकास की कमी रह गई है। इन्हों की यह डिमांड है कि सरकार जी सा थोड़ी फिर हैल्प करे। अजय इन्हों का कौड़म की रहा वो इन्हों पुछते हैं कि समा थी सरपंची रह गई है। हाँ जी जी सरपंची तकरीबन ढाई साल रह गया जी। तुम इस बार भी पंच है कि नहीं? नहीं जी अब पंच नहीं आई जी। पंच नहीं आई है साढ़ा अमरजीत कौर सरपंच है जी। अं इन का साथ दे रहा जी। एज पिंड दे वर्कर होने के नाते पंच सरपंच साहब का साथ दे रहे ने। यह चाहते ने कि सरकार जी साढ़े ढाई साल रेंदे ने सानू रहिंदियां ग्राडा भी जिहड़ियां थोड़ी बहुत दित्तियां जाण। मंत्री साहब तुहाडे पिंड विच दुबारा भी आउंदे रहिंदे जां कि जां पहला ही एक दो बार आए जो वोटां लईआं सी? नहीं नहीं साढ़े पिंड मंत्री साहब काफ़ी बार ही आए आ। साडा मंत्री साहब नाल बहुत प्यार हैगा जी। अं मंत्री साहब नू अपने दिन कई बार मिल के आए हाँ। इन अं दसे भी काम साडा साथ दिता वा। जो भी अं पैसा मतलब पैसा सू दिंदे आ साडा साथ दिंदे आ। अगे सन 22 च आन साडा हो सहयोग देन साडा पिंड वधिया बनाया जाए। साडी ते इहो अगे बेनती आ कि अगे गांव वास्ते आउण साडा काम वध तों वध कीता जावे जी। यह है जी पिंड की पंचायत और सबका सरपंच ने जिन्ह ने सानू सारी ही डिटेल दसी है। ये सबका पंच है ने जेडे पिंड सरपंच साहब थोड़ी इन्होंने भी गल कराई है मौजूदा नाल और कांग्रेस सरकार के मौजूदा सरपंच ने। इन्होंने सारे कार्ज जेडे तकरीबन ही हो चुके हैं। ये इस गल की वधाई दे पात्र ने। असी इस पिंड हर पिंड का एक जिहड़ा वा गेट देना वा असीं हर पिंड नूं चैक करदे आं कि किहड़ा किहड़ा पिंड दा विकास रह गया वा। लोकां दे कमेंट सानूं आउंदे ने कि इह पिंड दा विकास रह गया इह रह गया। उहनां दे कमेंट भी सानूं सुनने पैंदे आ और दुबारा फिर सानूं पिंड विच आउणा पैंदा। असीं चाहुंदे आ कि इहनां दे कार्यकाल विच ही पिंड दा जिहड़ा पूरा विकास हो जाए। मैं हरजिंदर सिंह दीनानगर जिला गुरदासपुर।